ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਜਿਹੜਾ ਮੋਦੀ ਵੱਲੋਂ ਕੱਲ੍ਹ 12 ਵਜੇ ਤੋਂ ਜਿਹੜਾ ਕਰਫਿਊ ਦਾ ਜਿਹੜਾ ਦਿਨ ਹੈ ਉਹ 14 ਅਪ੍ਰੈਲ ਕਰ ਦਿੱਤਾ ਹੈ ਅਤੇ ਇਹਦੇ ਬਾਬਤ ਤੁਸੀਂ ਮੈਂ ਸੁਣਿਆ ਵੀ ਜਿਹੜਾ ਗਰੀਬਾਂ ਨੂੰ ਜਿਹੜਾ ਖਾਣਾ ਵੰਡ ਰਹੇ ਜੋ ਅਤੇ ਉਹਦੇ ਵਿੱਚ ਕੀ ਕੀ ਜਿਹੜੀਆਂ ਰੋਜ਼ਮਰ ਦੀ ਜ਼ਿੰਦਗੀ 'ਚ ਵਰਤੀਆਂ ਜਾਂਦੀਆਂ ਚੀਜ਼ਾਂ ਜਿਹੜੀਆਂ ਦੇ ਰਹੇ ਜੋ ਅਤੇ ਕਿੰਨੇ ਪਰਿਵਾਰ ਹੈ ਜਿਹਨਾਂ ਨੂੰ ਦੇ ਰਹੇ ਜੋ? ਦੇਖੋ ਜੀ, ਸਾਡੇ ਇਹਨਾਂ ਸਾਰੇ ਵੀਰਾਂ ਦਾ ਰਲ ਕੇ ਉਪਰਾਲਾ ਹੈ। ਵੀਰ ਰਾਣਾ ਹੈ, ਆ ਭਾਜੀ ਮੰਡੀ ਵਾਲੇ ਨੇ ਆਪਣੇ, ਗੁਰਪਾਲ ਵੀਰ ਆ, ਸਾਰੇ ਵੀਰਾਂ ਨੇ ਰਲ ਕੇ ਇਹ ਸੋਚਿਆ ਵੀ ਜਿਹੜੀ ਕਰਫਿਊ ਦਾ ਐਲਾਨ ਹੋ ਗਿਆ, ਕਿਉਂਕਿ ਪਹਿਲਾਂ 10 ਦਿਨ ਸੀਗਾ, ਹੁਣ 10 ਦਿਨ ਤੋਂ ਵਧਾ ਕੇ ਜਿਹੜਾ ਹੋਰ 20 ਦਿਨ ਅੱਗੇ ਹੋਰ ਕਰ ਦਿੱਤਾ ਗਿਆ। ਇਸ ਦੇ ਨਾਲ ਜਿਹੜੇ ਰੋਜ਼ ਦੇ ਦਿਹਾੜੀਦਾਰ ਬੰਦੇ ਨੇ ਉਹਨਾਂ ਦੇ ਵਿੱਚ ਚੁੱਲ੍ਹੇ ਠੰਡੇ ਪੈ ਗਏ ਨੇ। ਇਸ ਕਰਕੇ ਸਾਰੇ ਵੀਰਾਂ ਨੇ ਸੋਚਿਆ ਵੀ ਆਪਣੇ ਜਿੰਨਾ ਵੀ ਹੋ ਸਕੇ ਆਪਣਾ ਦਸਵੰਧ ਕੱਢ ਕੇ ਉਹਦੇ ਵਿੱਚੋਂ ਨਿੱਤ ਮਰਾ ਦੀਆਂ ਜਿਹੜੀਆਂ ਚੀਜ਼ਾਂ ਵਾ, ਜਿਹਦੇ ਵਿੱਚ ਚੌਲ ਆ, ਘਿਓ ਆ, ਖੰਡ ਆ, ਦਾਲਾਂ ਹੈ, ਨਿਊਟਰੀ ਆ, ਆਲੂ ਆ, ਡੱਬੀ, ਸਾਬਣ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਅਸੀਂ ਇੱਕ ਪੈਕਟ ਇਹਦਾ ਬਣਾ ਕੇ ਅਤੇ ਜਿਸਦਾ ਵੀ ਕਿਸੇ ਲੋੜਵੰਦ ਦਾ ਫੋਨ ਆਉਂਦਾ ਹੈ ਉਹਦਾ ਐਡਰੈਸ ਨੋਟ ਕਰਕੇ ਘਰ ਪ੍ਰਤੀ ਜਾ ਕੇ ਉਹਨਾਂ ਦੇ ਘਰ ਅਸੀਂ ਰਾਸ਼ਨ ਜਿਹੜਾ ਪੁੱਜਦਾ ਕਰਾਂਗੇ। ਹੋਰ ਕੋਈ ਇਹਦੇ ਵਿੱਚ ਕੋਈ ਸੈਨੇਟਾਈਜ਼ਰ ਵਗੈਰਾ ਵੀ ਜਿਹੜਾ ਦਿੱਤਾ ਜਾ ਰਿਹਾ? ਨਹੀਂ ਜੀ, ਸੈਨੇਟਾਈਜ਼ਰ ਕੋਈ ਨਹੀਂ ਦਿੱਤਾ ਜਾ ਰਿਹਾ, ਸਿਰਫ ਘਰੇਲੂ ਰੋਜ਼ਮਰਾ ਜਿਹੜੀਆਂ ਖਾਣ ਪੀਣ ਵਾਲੀਆਂ ਵਸਤਾਂ ਹੀ ਆ। ਕੀ ਅਪੀਲ ਕੀ ਕਰਨਾ ਚਾਹੋਗੇ ਲੋਕਾਂ ਨੂੰ ਇਹਦੇ ਕਰੋਨਾ ਵਾਇਰਸ ਦੇ ਸੰਬੰਧ ਵਿੱਚ? ਤਕਰੀਬਨ ਸਾਰੇ ਪੰਜਾਬ ਦੇ ਵੀਰਾਂ ਨੂੰ ਇਹ ਅਪੀਲ ਕਰਨੀ ਚਾਹੁੰਦਾ, ਜੇ ਤੁਹਾਡੀ ਜੇਬ ਸਾਥ ਦਿੰਦੀ ਹੈ, ਜੇ ਤੁਹਾਨੂੰ ਪਰਮੇਸ਼ਰ ਨੇ ਦਿੱਤਾ ਹੈ, ਉਹਦੇ ਵਿੱਚੋਂ ਆਪਣੇ ਦਸਵੰਧ ਦੇ ਵਿੱਚੋਂ ਅੱਜ ਲੋੜ ਆ, ਕਿਉਂਕਿ ਸਾਡੇ ਮੇਲਿਆਂ ਦੇ ਉੱਤੇ ਵੱਡੇ ਵੱਡੇ ਲੰਗਰ ਦੇ ਲਾਉਣ ਦੇ ਨਾਲੋਂ ਮੇਰੇ ਹਿਸਾਬ ਨਾਲ ਅੱਜ ਸਮੇਂ ਦੀ ਲੋੜ ਹੈ। ਜਿਹੜਾ ਸਭ ਤੋਂ ਵੱਡਾ ਗੁਰੂ ਨਾਨਕ ਸਾਹਿਬ ਦਾ ਸਾਨੂੰ ਸਿਧਾਂਤ ਆ ਵੀ ਜਿਹੜਾ ਵੰਡ ਛਕੋ ਅਤੇ ਕਿਰਤ ਕਰੋ, ਅੱਜ ਵੰਡ ਕੇ ਛਕਣ ਦਾ ਜਿਹੜਾ ਮੌਕਾ ਹੈ ਸਾਨੂੰ ਮਿਲਿਆ ਹੈ ਅਤੇ ਸਾਨੂੰ ਆਪਣੀ ਕਮਾਈ ਨੂੰ ਵੱਧ ਤੋਂ ਵੱਧ ਸਫਲਾ ਕਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ।